ਅਚਾਨਕ ਉਧਰ ਦੇ ਐਮਸੀ ਚੌਂਕ 'ਚ ਇੱਕ ਮਿਠਾਈ ਦੀ ਦੁਕਾਨ ਨੂੰ ਅੱਜ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਸਟਾਫ ਨੂੰ ਦੱਸਿਆ ਗਿਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤੇ ਅੱਗ ਤੇ ਕਾਬੂ ਪਾ ਲਿਆ। ਅੱਗ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੁਕਾਨ ਦੇ ਮਾਲਕ ਰਿੰਪਾ ਨੇ ਦੱਸਿਆ ਕਿ ਅਚਾਨਕ ਉੱਪਰ ਦੀ ਮੰਜ਼ਿਲ ਤੇ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਦਮਕਲ ਵਿਭਾਗ ਜਲਦੀ ਪਹੁੰਚਿਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ। ਨਾਮ ਰਿੰਪਾ ਜੀ। ਰਿੰਪਾ ਜੀ ਕੀ ਗੱਲਬਾਤ ਹੋ ਗਈ ਅੱਜ? ਉਹ ਕੁਛ ਮਰੀ ਪੱਠੀ ਹੈਗੀ ਆ ਖੋਏ ਵਾਲੀ। ਅੱਛਾ ਜੀ। ਬੜਾ ਤੇਲ ਮੁੰਡੇ ਨੇ ਛੱਡਤਾ ਮੋਬਾਈਲ, ਉਧਰੋਂ ਆ ਗਿਆ ਦੇਖਾਂ ਲੱਗ ਗਿਆ। ਅੱਛਾ ਜੀ। ਫਿਰ ਹੁਣ ਅੱਗ ਪੈ ਗਈ ਤੇ ਬਚਾਅ ਹੋ ਗਿਆ? ਬਚਾਅ ਹੋ ਗਿਆ, ਫਾਇਰ ਬ੍ਰਿਗੇਡ ਆ ਗਈ ਸਾਡੀ ਕਮੇਟੀ ਦੀ, ਉਹਨਾਂ ਬਚਾਅ ਹੋ ਗਿਆ। ਨੁਕਸਾਨ ਤਾਂ ਨਹੀਂ ਹੋਇਆ? ਨੁਕਸਾਨ ਤਾਂ ਬਚਾਅ ਹੋ ਗਿਆ। ਠੀਕ ਆ ਜੀ। ਸੁਨੀਲ ਆ ਜੀ। ਸੁਨੀਲ ਜੀ ਆਪਾਂ ਕਿਹੜੇ ਮਹਿਕਮੇ ਤੋਂ? ਫਾਇਰ ਬ੍ਰਿਗੇਡ ਨਕੋਦਰ ਤੋਂ ਜੀ। ਅੱਛਾ ਜੀ, ਕੀ ਗੱਲਬਾਤ ਹੋਈ ਸੀ ਇੱਥੇ? ਜਨਾਬ 2:30 ਦੇ ਕਰੀਬ ਅਸੀਂ ਆਪਣਾ ਫਾਇਰ ਸਟੇਸ਼ਨ 'ਚ ਬੈਠੇ ਸੀ ਔਨ ਡਿਊਟੀ। 2:30 ਦੇ ਕਰੀਬ ਕੁਛ ਲੋਕ 6-7 ਲੋਕ ਆਏ, ਉਹ ਕਹਿੰਦੇ ਕਿ ਮਹਿੰਦੀ ਰੱਤਾ ਸਵੀਟ ਸ਼ੋਪ ਜੋ ਕਿ ਆਪਣਾ ਫੁਹਾਰਾ ਚੌਂਕ MC ਚੌਂਕ ਦੇ ਕਰੀਬ ਹੈ ਦੁਕਾਨ, ਅਤੇ ਉੱਥੇ ਅੱਗ ਲੱਗੀ ਹੋਈ ਹੈ। ਸਹਾਇਤਾ ਲਈ ਤੁਰੰਤ ਪਹੁੰਚੇ ਗਏ। ਫਾਇਰ ਬ੍ਰਿਗੇਡ ਨੇੜੇ ਹੋਣ ਦਾ ਕਰਕੇ ਅਸੀਂ ਤਕਰੀਬਨ ਕੁਝ ਸਕਿੰਟਾਂ 'ਚ, ਮਿੰਟਾਂ ਵੀ ਕਹਿ ਨਹੀਂ ਸਕਦਾ ਮੈਂ, ਸਕਿੰਟਾਂ 'ਚ ਅਸੀਂ ਇੱਥੇ ਪੁੱਜੇ। ਅਤੇ ਆਪਣਾ ਲੀਡਿੰਗ ਜਿਹੜੇ ਸਾਡੇ ਅੱਜ ਦੇ ਸੁਪਰਵਾਈਜ਼ਰ ਨੇ ਮਨਦੀਪ ਮਸੀਹ ਜੀ, ਉਹਨਾਂ ਦੇ ਨਾਲ ਸਾਡੇ ਜਿਹੜੇ ਡਰਾਈਵਰ ਨੇ ਗੁਰਵਿੰਦਰ ਸਿੰਘ ਜੀ, ਹਰਬੰਸ ਸਿੰਘ ਜੀ, ਅਤੇ ਨਾਲ ਫਾਇਰਮੈਨ ਗੁਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ, ਅਤੇ ਨਾਲ ਅਸੀਂ ਪਹੁੰਚ ਗਏ। ਅਸੀਂ ਮੌਕਾ ਦੇਖਿਆ, ਮੌਕਾ ਨੂੰ ਸੰਭਾਲਿਆ। ਜਿਹੜਾ LPG ਸਿਲੰਡਰ ਸੀ ਉਹਨੂੰ ਉੱਪਰ ਦੀ ਨੀਚੇ ਪਹਿਲਾਂ ਲੈ ਗਏ, ਕਿਉਂਕਿ ਫਟਣ ਵਾਲੀ ਚੀਜ਼ ਨੂੰ ਪਹਿਲਾਂ ਅਸੀਂ ਨੀਚੇ ਰਖਵਾ ਦਿੱਤਾ। ਦੈਨ ਅਸੀਂ ਦੇਖਿਆ ਕਿ ਜਿਹੜੀ ਅੱਗ ਆ ਉਹ ਆਇਲ ਜਿਹੜੇ ਕੜਾਏ ਨੇ ਵੱਡੇ ਵੱਡੇ, ਉਹਨਾਂ 'ਚ ਲੱਗੀ ਹੋਈ ਸੀ। ਸਿਲੰਡਰ ਨੂੰ ਅਸੀਂ ਪਹਿਲਾਂ ਕਢਵਾ ਕੇ ਉੱਥੇ ਆਪਣਾ ਪਾਣੀ ਪਵਾਇਆ, ਠੀਕ ਹੈ ਜੀ। ਅਤੇ ਜਿਹੜੀ ਅੱਗ ਆਇਲ 'ਤੇ ਡਾਇਰੈਕਟ ਨਹੀਂ ਮਾਰਿਆ ਸੀ, ਉਹਨੂੰ ਜਿਹੜੇ ਨਾਲ ਦੇ ਇੰਸਟਰੂਮੈਂਟ ਜਿਹੜੀ ਅੱਗ ਲੱਗੀ ਹੋਈ ਸੀ ਉਹ 'ਤੇ ਕੰਟਰੋਲ ਕਰਵਾਇਆ। ਅਤੇ ਜਲਦ ਤੋਂ ਜਲਦ ਵੱਧ ਤੋਂ ਵੱਧ 10 ਤੋਂ 15 ਮਿੰਟ ਦੇ ਅੰਦਰ ਅਸੀਂ ਅੱਗ ਉੱਤੇ ਕਾਬੂ ਪਾ ਲਿਆ। ਬਾਕੀ ਫਾਇਰ ਬ੍ਰਿਗੇਡ ਦੀ ਟੀਮ ਦੇ ਅੱਗ ਲੱਗਣ ਦਾ ਕਾਰਨ ਕੀ ਹੋਇਆ ਪਤਾ ਲੱਗਾ? ਕਾਰਨ ਦੇਖਿਓ ਜੀ, ਹਜੇ ਅਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ, ਮਾਲਕਾਂ ਵੱਲੋਂ ਵੀ ਹਲੇ ਇਹ ਪੁੱਛ ਪੜਤਾਲ ਨਹੀਂ ਕੀਤੀ ਗਈ, ਕਿਉਂਕਿ ਅੱਗ ਦੇ ਅਸੀਂ ਹੁਣੇ ਹਜੇ ਕੰਟਰੋਲ ਪਾਇਆ ਹੀ ਆ। ਪੁੱਛ ਪੜਤਾਲ ਕਰਨ ਉਪਰੰਤ ਤੁਸੀਂ ਜੇ ਸਾਡੀ ਇੰਟਰਵਿਊ ਲੈਂਦੇ ਆ ਜਾਂ ਕੋਈ ਵੀ ਡਾਕੂਮੈਂਟ। ਨੁਕਸਾਨ ਤਾਂ ਨਹੀਂ ਹੋਇਆ ਜ਼ਿਆਦਾ? ਨੁਕਸਾਨ ਜ਼ਿਆਦਾ ਨਹੀਂ ਹੋਇਆ ਜੀ, ਬਹੁਤ ਘੱਟ ਆ, ਬਹੁਤ ਘੱਟ ਨੁਕਸਾਨ ਆ ਜੀ, ਕਿਉਂਕਿ ਇਨੀਸ਼ੀਅਲ ਸਟੇਜ 'ਤੇ ਅਸੀਂ ਅੱਗ ਨੂੰ ਕੰਟਰੋਲ ਕਰ ਲਿਆ।